ਲਾਲਾਂ ਵਾਲੀ ਸਰਕਾਰ ਦੀ ਗੱਲ ਕੌਣ ਕੌਣ ਸੁਣਨਾ ਚਾਹੁੰਦਾ ਇੱਕ ਵਾਰ ਦੱਸ ਦਿਓ। ਬਸ ਜੇ ਸੁਣੋਗੇ ਤੇ ਸੁਣਾਊਂਗਾ, ਨਹੀਂ ਤੇ ਚਾਹ ਪੀ ਕੇ ਚਲਾ ਜਾਊਂਗਾ ਮੈਂ ਵੀ ਤੁਹਾਡੇ ਵਾਂਗੂ। ਕਿਉਂ ਬਾਬਾ ਜੀ? ਹਜ਼ਰਤ ਬਹਾਉਦੀਨ ਜ਼ਕਰੀਆ ਮੁਲਤਾਨ ਵਾਲੇ ਵਾਲੀ, ਮੁਲਤਾਨ ਦੇ ਵਾਲੀ, ਮੁਲਤਾਨ ਦੇ ਵਾਲੀ ਆਪਣੇ ਦਰਬਾਰ ਚ ਬੈਠੇ ਤੇ ਉਹਨਾਂ ਦੀ ਇੱਕ ਮੁਰੀਦਨੀ, ਇੱਕ ਉਹਨਾਂ ਦੀ ਬੇਟੀ ਚੇਲੀ, ਉਹਨਾਂ ਦੀ ਮੁਰੀਦ, ਉਹਦਾ ਕੰਮ ਕੀ ਹੈ? ਦੁਪਹਿਰ ਦੇ ਵਕਤ ਵਜ਼ੂ ਕਰਵਾਉਣ ਵਾਸਤੇ ਆਉਂਦੀ ਹੈ, ਆਪਣੀ ਸਰਕਾਰ ਦਾ ਪਾਣੀ ਦਾ ਲੋਟਾ ਲੈ ਕੇ ਆਉਂਦੀ। ਉਹ ਲੜਕੀ ਪਾਣੀ ਦਾ ਲੋਟਾ ਭਰ ਕੇ ਲੈ ਕੇ ਆਈ, ਆਓ ਸਰਕਾਰ ਵਜ਼ੂ ਕਰ ਲਓ, ਨਮਾਜ਼ ਦਾ ਵਕਤ ਹੋ ਗਿਆ। ਤੇ ਹਜ਼ਰਤ ਬਹਾਉਦੀਨ ਜਦੋਂ ਵਜ਼ੂ ਕਰਨ ਲੱਗੇ ਤੇ ਵਜ਼ੂ ਕਰਦਿਆਂ ਦਾ ਧਿਆਨ ਉਸ ਕੁੜੀ ਦੇ ਮੱਥੇ ਤੇ ਚਲਾ ਗਿਆ, ਮੱਥੇ ਤੇ ਮਤਲਬ ਤਕਦੀਰ ਤੇ ਚਲਾ ਗਿਆ, ਕਿਉਂਕਿ ਫਕੀਰ ਮੱਥੇ ਦੀ ਤਕਦੀਰ ਪੜ ਲੈਂਦੇ ਤੇ ਹੱਥ ਦੀ ਲਕੀਰ ਪੜ ਲੈਂਦੇ। ਮੱਥੇ ਤੇ ਧਿਆਨ ਗਿਆ ਤੇ ਕੀ ਦੇਖਿਆ? ਉਸ ਕੁੜੀ ਦੇ ਮੱਥੇ ਤੇ ਲਿਖਿਆ ਦੋਜ਼ਖ ਵਾਲੀ, ਨਰਕਾਂ ਵਾਲੀ, ਦੋਜ਼ਖੀ। ਹਜ਼ਰਤ ਬਹਾਉਦੀਨ ਨੂੰ ਆਪਣਾ ਵਜ਼ੂ ਭੁੱਲ ਗਿਆ, ਉਸ ਕੁੜੀ ਨੂੰ ਘਰ ਭੇਜਿਆ ਤੇ ਬਾਅਦ ਦੇ ਵਿੱਚ ਇਬਾਦਤ ਕਰਨ ਲੱਗੇ, ਖੁਦਾ ਅੱਗੇ ਦੁਆ ਕਰਨ ਲੱਗੇ, ਰੋ ਰੋ ਕੇ, ਅੱਲਾ ਪਾਕ ਇਹ ਮੇਰੇ ਪਰਵਰਦੀਗਾਰ ਇਸ ਕੁੜੀ ਤੋਂ ਐਸਾ ਕਿਹੜਾ ਗੁਨਾਹ ਹੋ ਗਿਆ ਜੋ ਇਹਦੇ ਮੱਥੇ ਤੇ ਲਿਖ ਦਿੱਤਾ ਕਿ ਨਰਕਾਂ ਚ ਜਾਊਗੀ, ਦੋਜ਼ਖ ਵਾਲੀ ਲਿਖ ਦਿੱਤਾ। ਹਜ਼ਰਤ ਪੂਰਾ ਦਿਨ ਗੁਜ਼ਰ ਗਿਆ, ਪੂਰੀ ਰਾਤ ਗੁਜ਼ਰ ਗਈ ਇਬਾਦਤ ਕਰਦਿਆਂ ਦੀ। ਅਗਲਾ ਦਿਨ ਆਇਆ, ਦੁਪਹਿਰ ਦਾ ਵਕਤ ਹੋਇਆ, ਕੁੜੀ ਫਿਰ ਵਜ਼ੂ ਕਰਾਉਣ ਵਾਸਤੇ ਆਉਂਦੀ ਹੈ। ਜਦੋਂ ਪਾਣੀ ਦਾ ਲੋਟਾ ਲੈ ਕੇ ਆਈ ਤੇ ਧਿਆਨ ਚਲਾ ਗਿਆ ਮੱਥੇ ਤੇ, ਫਿਰ ਲਿਖਿਆ ਹੋਇਆ ਨਰਕਾਂ ਵਾਲੀ, ਦੋਜ਼ਖ ਵਾਲੀ। ਉਹ ਫਿਰ ਦਿਨ ਪੂਰੀ ਰਾਤ ਗਮ ਦੇ ਵਿੱਚ ਗੁਜ਼ਰ ਗਈ, ਰੋਂਦਿਆਂ ਗੁਜ਼ਰ ਗਈ, ਅੱਲਾ ਇਸ ਧੀ ਤੋਂ, ਇਸ ਬੇਟੀ ਤੋਂ ਕਿਹੜਾ ਗੁਨਾਹ ਹੋ ਗਿਆ ਜੋ ਤੂੰ ਇਹਦੇ ਮੱਥੇ ਤੇ ਪੱਕਾ ਹੀ ਲਿਖ ਦਿੱਤਾ ਕਿ ਦੋਜ਼ਖ ਵਾਲੀ। ਐ ਮੇਰੇ ਮੌਲਾ, ਮੈਦਾਨ ਹਸ਼ਰ ਦੇ ਵਿੱਚ ਤੇਰਾ ਆ ਖਾਕਸਾਰ ਤੇਰੇ ਵਲੀਆਂ ਦੀ ਕਤਾਰ ਚ ਖੜਾ ਹੋ ਤੇ ਉਹਦੇ ਸਾਹਮਣੇ ਫਰਿਸ਼ਤੇ ਇਹਦੀ ਇੱਕ ਮੁਰੀਦਣੀ ਨੂੰ, ਇਹਦੀ ਧੀ ਨੂੰ ਫੜ ਕੇ ਦੋਜ਼ਖ ਚ ਲੈ ਕੇ ਜਾਂਦੇ ਹੋਣਗੇ, ਮੇਰੇ ਕੋਲੋਂ ਝੱਲ ਨਹੀਂ ਹੋਣਾ। ਹਜ਼ੂਰ ਤੀਸਰਾ ਦਿਨ ਆ ਗਿਆ, ਉਸ ਲੜਕੀ ਨੂੰ ਨਹੀਂ ਪਤਾ ਕਿ ਮਾਮਲਾ ਕੀ ਹੈ, ਮੇਰੀ ਸਰਕਾਰ ਇੰਨੇ ਗਮਗੀਨ ਕਿਉਂ ਰਹਿਣ ਲੱਗ ਗਏ, ਮੇਰੇ ਪੀਰ ਇੰਨੇ ਰੋਣ ਦੀ ਹਾਲਤ ਦੇ ਵਿੱਚ ਕਿਉਂ ਰਹਿਣ ਲੱਗ ਗਏ। ਜਦੋਂ ਤੀਸਰਾ ਦਿਨ ਆਇਆ ਫਿਰ ਲਿਖਿਆ ਹੋਇਆ ਦੋਜ਼ਖ ਵਾਲੀ, ਮਿਟਿਆ ਨਹੀਂ, ਹਲੇ ਅੱਲਾ ਪਾਕ ਨਾਲ ਗੱਲ ਕਰ ਰਹੇ ਨੇ, ਅੱਲਾ ਕੀ ਕਸੂਰ ਹੋ ਗਿਆ ਮਾਫ਼ ਕਰ ਦੇ ਇਸ ਧੀ ਨੂੰ, ਮਾਫ ਕਰ ਦੇ ਤੈਨੂੰ ਤੇਰੇ ਨਬੀ ਦਾ ਵਾਸਤਾ, ਤੈਨੂੰ ਤੇਰੇ ਅਲੀ ਦਾ ਵਾਸਤਾ, ਤੈਨੂੰ ਗੌਸਲੇ ਆਜ਼ਮ ਸਰਕਾਰ ਦਾ ਵਾਸਤਾ, ਤੈਨੂੰ ਖਵਾਜਾ ਗਰੀਬ ਨਵਾਜ਼ ਦਾ ਵਾਸਤਾ, ਇਸ ਬੇਟੀ ਨੂੰ ਮਾਫ਼ ਕਰ ਦੇ। ਹਲੇ ਸੋਚ ਹੀ ਰਿਹਾ ਕਿ ਹਜ਼ਰਤ ਬਹਾਉਦੀਨ ਜ਼ਕਰੀਆ ਮੁਲਤਾਨ ਵਾਲੀ ਸਰਕਾਰ ਦਾ ਪੋਤਾ ਬਾਹਰੋਂ ਖੇਡਦਾ ਖੇਡਦਾ ਭੱਜਿਆ ਭੱਜਿਆ ਆਇਆ, ਆ ਕੇ ਕਹਿਣ ਲੱਗਿਆ ਬਾਬਾ ਉਹ ਬੋਰਡ ਥੱਲੇ ਇੱਕ ਬਾਬਾ ਬੈਠਾ, ਹੱਥ ਚ ਖੁੰਡ ਹੈ, ਸਬਜ਼ ਰੰਗ ਦਾ ਸਾਫਾ ਬੰਨੇ ਤੇ ਮੈਨੂੰ ਕਹਿੰਦਾ ਜਾ ਮੇਰੇ ਲਈ ਪਾਣੀ ਲੈ ਕੇ ਆ ਤੇ ਮੇਰਾ ਵਜ਼ੂ ਕਰਵਾ। ਹਜ਼ਰਤ ਬਹਾਉਦੀਨ ਕਹਿਣ ਲੱਗੇ ਪੁੱਤ ਦੌੜ ਕੇ ਜਾ ਪਤਾ ਕਰਕੇ ਉਸ ਬਾਬੇ ਦਾ ਨਾਮ ਕੀ ਹੈ। ਬੱਚਾ ਦੌੜੇ ਦੌੜੇ ਜਾਂਦਾ, ਦੌੜੇ ਦੌੜੇ ਵਾਪਸ ਆਉਂਦਾ, ਆ ਕੇ ਕਹਿਣ ਲੱਗੇ ਬਾਬਾ ਉਹ ਬਾਬਾ ਕਹਿੰਦਾ ਮੈਂ ਪਾਕ ਪਤਨ ਤੋਂ ਆਇਆ, ਮੇਰਾ ਨਾਮ ਫਰੀਦ। ਜਦੋਂ ਮੁਲਤਾਨ ਦੇ ਵਾਲੀ ਨੇ ਬਾਬਾ ਫਰੀਦ ਦਾ ਨਾਮ ਸੁਣਿਆ ਤੇ ਚਿਹਰੇ ਤੇ ਮੁਸਕਰਾਹਟ ਆ ਗਈ,
ਕਿ ਲੈ ਬਈ ਮਰੀਜ਼ ਨੂੰ ਰੈਫਰ ਕਰਨ ਦਾ ਵਕਤ ਆ ਗਿਆ। ਜਦੋਂ ਛੋਟੇ ਹਸਪੀਟਲ ਤੋਂ ਵੱਡੇ ਹਸਪੀਟਲ ਭੇਜੀ ਦਾ ਪੇਸ਼ੈਂਟ ਕਿ ਲਓ ਜੀ ਇਹਨੂੰ DMC ਲੈ ਜਾਓ, CMC ਲੈ ਜਾਓ, ਰਜਿੰਦਰਾ ਹਸਪੀਟਲ ਪਟਿਆਲੇ ਲੈ ਜਾਓ, ਜਾਂ ਇਹਨੂੰ ਚੰਡੀਗੜ੍ਹ PGI ਲੈ ਜਾਓ। ਇੱਕ ਪਾਣੀ ਦਾ ਲੋਟਾ ਭਰਦੇ ਨੇ ਸਰਕਾਰ, ਉਸ ਕੁੜੀ ਨੂੰ ਕਹਿੰਦੇ ਲੈ ਪੁੱਤਰ ਆ ਪਾਣੀ ਦਾ ਲੋਟਾ ਲੈ ਕੇ ਜਾ। ਸਾਹਮਣੇ ਬੋਰਡ ਥੱਲੇ ਬਾਬਾ ਬੈਠਾ ਉਹਦਾ ਵਜ਼ੂ ਕਰਵਾ ਕੇ ਆ, ਕਿਉਂਕਿ ਮਾਮਲਾ ਤੇ ਵਜ਼ੂ ਨਾਲ ਹੀ ਠੀਕ ਹੋਣਾ ਸੀ ਨਾ, ਕਿਉਂਕਿ ਮਾਮਲਾ ਵਜ਼ੂ ਦਾ ਹੀ ਚੱਲ ਰਿਹਾ ਸੀ। ਅੱਗੋਂ ਕੁੜੀ ਕਹਿੰਦੀ ਕਹਿੰਦੀ ਮੈਂ ਨਹੀਂ ਜਾਣਾ, ਹੂੰ ਮੈਂ ਤੇਰਾ, ਹੂੰ ਮੈਂ ਤੇਰੀ ਮੁਰੀਦ, ਤੇਰੀ ਮੁਰੀਦ, ਤੇ ਜਾ ਬਗੈਰ ਦੇ ਦਰ ਦੇ, ਦਰ ਦੇ। ਇਹ ਗੱਲ ਬਾਬਾ ਮੈਨੂੰ ਫੱਬਦੀ, ਫੱਬਦੀ, ਕਹਿੰਦੇ ਪੁੱਤਰ ਮੇਰਾ ਹੁਕਮ ਹੈ ਤੂੰ ਜਾ ਉਸ ਬਾਬੇ ਦਾ ਵਜ਼ੂ ਕਰਾ ਕੇ ਆ। ਆਪਣੇ ਪੀਰ ਦਾ ਹੁਕਮ ਮੰਨ ਕੇ ਕੁੜੀ ਚਲੀ ਜਾਂਦੀ ਹੈ। ਬਾਬਾ ਫਰੀਦ ਇੰਜ ਹੱਥ 'ਚ ਖੁੰਡ ਹੈ, ਨੀਵੀਂ ਪਾਈ ਬੈਠੇ ਆ। ਜਦੋਂ ਕੁੜੀ ਦੇ ਪੈਰਾਂ ਦੇ ਉਹਦੇ ਪੈਰਾਂ ਦੀ ਖੜਾਕ ਸੁਣੀ, ਆਵਾਜ਼ ਸੁਣੀ, ਕਹਿਣ ਲੱਗੇ ਹੋਏ ਇਹ ਬਹਾਉਦੀਨ ਦੇ ਦਰਬਾਰ ਦੇ ਵਿੱਚ ਮੁੰਡਿਆਂ ਦਾ ਕਾਲ ਪੈ ਗਿਆ ਜਿਹੜਾ ਵਜ਼ੂ ਕਰਾਉਣ ਲਈ ਕੁੜੀ ਭੇਜ ਦਿੱਤੀ। ਕਹਿੰਦੀ ਸਰਕਾਰ ਮੈਂ ਤੇ ਆਪਣੇ ਪੀਰ ਦੇ ਹੁਕਮ ਨਾਲ ਆਈ ਹਾਂ, ਵਜ਼ੂ ਕਰੋ। ਇੰਜ ਕਰਕੇ ਹੱਥ ਬਾਹਰ ਕੀਤੇ, ਉਹ ਕੁੜੀ ਲੋਟੇ ਦੇ ਨਾਲ ਪਾਣੀ ਪਾਉਣ ਲੱਗੀ ਤੇ ਬਾਬਾ ਫਰੀਦ ਸਾਹਿਬ ਦਾ ਧਿਆਨ ਚਲਿਆ ਗਿਆ ਕੁੜੀ ਦੇ ਮੱਥੇ ਤੇ। ਜਦੋਂ ਮੱਥੇ ਤੇ ਧਿਆਨ ਗਿਆ, ਲਿਖਿਆ ਹੈ ਦੇਖਿਆ ਦੋਜ਼ਖ ਵਾਲੀ, ਤੇ ਹੱਸ ਕੇ ਕਹਿਣ ਲੱਗੇ ਕਹਿੰਦੇ ਲੈ ਬਈ ਬਹਾਉਦੀਨ ਸਾਡੇ ਤੇ ਦਾਅ ਮਾਰ ਗਿਆ, ਆਪਣਾ ਮਰੀਜ਼ ਸਾਡੇ ਸਾਹਮਣੇ ਪੇਸ਼ ਕਰ ਦਿੱਤਾ। ਹੁਣ ਉਹ ਬਾਬਾ ਫਰੀਦ ਦਾ ਦਰਬਾਰ ਹੈ, ਉਹ ਚਿਸ਼ਤੀਆਂ ਦਾ ਦਰਬਾਰ ਹੈ, ਉਹ ਫਰੀਦੀਆਂ ਦਾ ਦਰਬਾਰ ਹੈ। ਉੱਥੇ ਕੋਈ ਖਾਲੀ ਜਾਵੇ ਤੇ ਖਾਲੀ ਵਾਪਸ ਕਿੱਦਾਂ ਆ ਜਾਵੇ? ਪੂਰੇ ਦਾ ਪੂਰਾ ਪਾਣੀ ਦਾ ਲੋਟਾ ਹੱਥਾਂ ਤੇ ਖਤਮ ਹੋ ਗਿਆ। ਬਾਬਾ ਫਰੀਦ ਦੇਖੀ ਜਾਂਦੇ ਨੇ ਉਸ ਕੁੜੀ ਵੱਲ, ਕੁੜੀ ਹੈਰਾਨ ਹੋ ਗਈ, ਪਰੇਸ਼ਾਨ ਹੋ ਗਈ। ਜਦੋਂ ਪਾਣੀ ਦਾ ਲੋਟਾ ਖਤਮ ਹੋਇਆ ਤੇ ਦੌੜੀ ਦੌੜੀ ਗਈ ਅੱਗੇ ਆਪਣੇ ਪੀਰ ਨੂੰ ਕਹਿਣ ਲੱਗੀ, ਪੀਰ ਜੀ ਮੈਂ ਨਹੀਂ ਜਾਣਾ ਵਾਪਸ, ਉਹ ਬਾਬਾ ਵਜ਼ੂ ਨਹੀਂ ਕਰਦਾ, ਉਹ ਤਾਂ ਮੇਰੇ ਵੱਲ ਵੇਖੀ ਜਾਂਦਾ। ਬਹੁਦਿਨ ਸਾਹਿਬ ਕਹਿਣ ਲੱਗੇ ਅੱਛਾ ਉਹ ਪੁੱਤ ਤੇਰੇ ਵੱਲ ਦੇਖ ਰਿਹਾ ਸੀ? ਹਾਂ ਬਾਬਾ ਮੇਰੇ ਚਿਹਰੇ ਵੱਲ ਦੇਖ ਰਿਹਾ ਸੀ। ਜਾਂ ਮੇਰਾ ਪੁੱਤ ਇੱਕ ਲੋਟਾ ਹੋਰ ਲੈ ਜਾ, ਦੂਸਰਾ ਲੋਟਾ ਪਾਣੀ ਦੇ ਚੱਲ ਪਿਆ ਹਜ਼ੂਰ। ਬਾਬਾ ਫਰੀਦ ਸਾਹਿਬ ਵਾਲੇ ਹੱਥਾਂ ਤੇ ਹੀ ਨੇ, ਉਹ ਲੋਟਾ ਵੀ ਪੂਰੇ ਦਾ ਪੂਰਾ ਹੱਥਾਂ ਤੇ ਖਤਮ ਹੋ ਗਿਆ ਤੇ ਸਰਕਾਰ ਦਾ ਧਿਆਨ, ਸਰਕਾਰ ਦੀ ਨਜ਼ਰ ਉਸ ਕੁੜੀ ਦੇ ਮੱਥੇ ਤੇ। ਉਹ ਕੁੜੀ ਨੂੰ ਨਹੀਂ ਪਤਾ ਕੀ ਹੋ ਰਿਹਾ। ਜਦੋਂ ਦੂਸਰਾ ਲੋਟਾ ਵੀ ਪਾਣੀ ਦਾ ਖਤਮ ਹੋਇਆ ਫਿਰ ਵਾਪਸ ਆਈ ਦੌੜੀ ਦੌੜੀ, ਪੀਰ ਜੀ, ਬਾਬਾ ਜੀ, ਹੁਣ ਤੇ ਮੈਂ ਬਿਲਕੁਲ ਹੀ ਨਹੀਂ ਜਾਣਾ ਕਿਉਂਕਿ ਮੈਨੂੰ ਪੂਰਾ ਯਕੀਨ ਹੋ ਗਿਆ ਬਾਬਾ ਮੇਰੇ ਵੱਲ ਗਲਤ ਨਿਗਾਹ ਨਾਲ ਦੇਖਦਾ, ਮੈਂ ਨਹੀਂ ਜੇ ਜਾਣਾ। ਉਹ ਕਹਿੰਦੇ ਪੁੱਤਰ ਉਹ ਤੇਰੇ ਚਿਹਰੇ ਵੱਲ ਦੇਖਦੇ ਰਹੇ, ਹਾਂ ਵਜ਼ੂ ਤੇ ਕਰਦੇ ਹੀ ਨਹੀਂ, ਕਹਿੰਦੇ ਇੱਕ ਲੋਟਾ ਹੋਰ ਲੈ ਜਾ। ਲੋਟਾ ਕਿੰਨਵਾਂ ਹੋ ਗਿਆ ਹਜ਼ੂਰ? ਤੀਸਰਾ ਪਾਣੀ ਦਾ ਲੋਟਾ ਚੱਲ ਪਿਆ। ਜਦੋਂ ਤੀਸਰੇ ਲੋਟੇ ਦੇ ਵਿੱਚੋਂ ਅੱਧਾ ਲੋਟਾ ਪਾਣੀ ਦਾ ਖਾਲੀ ਹੋਇਆ, ਹਜ਼ਰਤ ਬਾਬਾ ਫਰੀਦ ਗੰਜ ਸ਼ਕਰ ਨੇ ਆਪਣੀ ਪਾਕ ਜ਼ੁਬਾਨ ਮੁਬਾਰਕ ਚੋਂ ਪੜਿਆ, ਅਲਹਮਦੁਲਿਲਾਹ ਰੱਬੁਲ ਆਲਮੀਨ, ਐ ਅੱਲਾ ਤੇਰਾ ਲੱਖ ਲੱਖ ਸ਼ੁਕਰ ਆ। ਲਿਆ ਪੁੱਤਰ ਪਾਣੀ ਦਾ ਲੋਟਾ ਫੜਾ, ਵਜ਼ੂ ਮੈਂ ਆਪੇ ਕਰ ਲਊਂ, ਤੂੰ ਜਾ। ਕੁੜੀ ਚਲੀ ਗਈ ਵਾਪਸ। ਜਦੋਂ ਹਜ਼ਰਤ ਬਹਾਉਦੀਨ ਦੇ ਦਰਬਾਰ ਚ ਆਈ ਤੇ ਉਹ ਉੱਠ ਕੇ ਖੜੇ ਹੋ ਗਏ ਉਸ ਕੁੜੀ ਵੱਲ ਦੇਖ ਕੇ। ਜਦੋਂ ਉੱਠ ਕੇ ਖੜੇ ਹੋਏ ਉਹ ਕੁੜੀ ਕਹਿਣ ਲੱਗੀ, ਬਾਬਾ ਜੀ
ਜਦੋਂ ਉੱਠ ਕੇ ਖੜੇ ਹੋਏ ਉਸ ਕੁੜੀ ਵੱਲ ਦੇਖ ਕੇ ਕਹਿੰਦੇ ਨੇ ਅਲਹਮਦੁਲਿਲਾਹ ਰੱਬੁਲ ਆਲਮੀਨ। ਕਹਿੰਦੀ ਬਾਬਾ ਪੀਰ ਜੀ ਉਹ ਬਾਬੇ ਨੇ ਵੀ ਇਹੀ ਲਫ਼ਜ਼ ਪੜ੍ਹੇ ਤੇ ਤੁਸੀਂ ਵੀ ਇਹੀ ਲਫ਼ਜ਼ ਪੜ੍ਹ ਰਹੇ ਹੋ, ਮੈਨੂੰ ਦੱਸੋ ਤੇ ਸਹੀ ਮਾਮਲਾ ਕੀ ਹੈ। ਉਹ ਕਹਿੰਦੇ ਪੁੱਤਰ ਮਾਮਲਾ ਕੀ ਦੱਸੀਏ, ਦੋਸਤਾਂ ਵਾਲੀ ਬਣ ਕੇ ਗਈ ਸੀ ਤੇ ਜੰਨਤ ਵਾਲੀ ਬਣ ਕੇ ਆਈ ਹੈ। ਆ ਮੇਰੇ ਨਾਲ ਲੈ ਕੇ ਉਸ ਕੁੜੀ ਨੂੰ ਨਾਲ ਹਜ਼ਰਤ ਬਾਬਾ ਫਰੀਦਗੰਜ ਸ਼ਕਰ ਦੇ ਕੋਲੇ ਚਲੇ ਗਏ। ਦੋਨੋਂ ਹਮ ਉਮਰ ਵੀ ਸੀ। ਕਹਿਣ ਲੱਗੇ ਫਰੀਦ ਤੈਨੂੰ ਪਤਾ ਹੈ ਪਾਣੀ ਜ਼ਾਇਆ ਕਰਨਾ ਗੁਨਾਹ ਹੈ, ਤੂੰ ਵਜ਼ੂ ਕਰਨ ਵਾਸਤੇ 3 ਲੋਟੇ ਪਾਣੀ ਦੇ ਲਾ ਦਿੱਤੇ। ਆਪ ਹੱਸ ਕੇ ਕਹਿਣ ਲੱਗੇ ਬਹਾਉਦੀਨ ਵਜ਼ੂ ਤੇ ਮੈਂ ਅੱਧੇ ਲੋਟੇ ਨਾਲ ਹੀ ਕਰ ਲਿਆ, ਆ 2.5 ਲੋਟੇ ਤਾਂ ਤੇਰੀ ਇਸ ਮੁਰੀਦਣੀ ਨੂੰ ਦੋਜ਼ਖ ਚੋਂ ਖਿੱਚ ਕੇ ਲੈ ਕੇ ਆਉਣ ਲਈ ਲੱਗ ਗਿਆ। ਕੁੜੀ ਦੇ ਮਾਮਲਾ ਸਮਝ ਆ ਗਿਆ। ਹਜ਼ਰਤ ਬਾਬਾ ਫਰੀਦ ਦੇ ਪੈਰਾਂ 'ਚ ਡਿੱਗ ਗਈ। ਹਜ਼ਰਤ ਬਹਾਉਦੀਨ ਜ਼ਕਰੀਆ ਮੁਲਤਾਨੀ ਮੁਲਤਾਨ ਵਾਲੇ ਬਾਦਸ਼ਾਹ ਮੁਲਤਾਨ ਦੇ ਸ਼ਹਿਨਸ਼ਾਹ ਦੇ ਪੈਰਾਂ 'ਚ ਡਿੱਗ ਗਈ ਔਰ ਕੀ ਕਹਿਣ ਲੱਗੀ ਹੈ। ਲਜਪਾਲ ਮੇਰਾ ਮੁਰਸ਼ਦ ਲਜ ਮੇਰੀ ਪਾਲ ਰਿਹਾ, ਲਜਪਾਲ ਲਜ ਮੇਰੀ ਪਾਲ ਰਿਹਾ। ਦਾਤਾ ਟਾਲ ਰਿਹਾ, ਲੱਖ ਦਾਤਾ ਟਾਲ ਰਿਹਾ।
ਮੁਰਸ਼ਦ ਕਾਮਿਲ ਦੇ ਲਾਲਚ ਨੂੰ ਮਿਟਾ ਛੱਡਿਆ। ਨਾ ਦਿਲ ਕੁਝ ਮੰਗਦਾ ਹੈ, ਲਬ ਤੇ ਸਵਾਲ ਰਿਹਾ, ਦਿਨ ਹਸ਼ਰ ਤੇ ਟੁੱਟ ਜਾਣੇ ਦੁਨੀਆ ਦੇ ਸਭ ਰਿਸ਼ਤੇ। ਲਜਪਾਲ ਮੇਰਾ ਮੁਰਸ਼ਦ ਲਜ ਮੇਰੀ ਪਾਲ ਰਿਹਾ, ਫਰਮਾਇਸ਼ਾਂ ਵੱਲੋਂ ਆਉਂਦੇ ਹਾਂ। ਤੁਹਾਨੂੰ ਹਰ ਕਲਾਮ ਮੇਰਾ ਯਾਦ ਹੈ।